ਕੋਈ ਸਾਰੇ ਕੈਂਡੀਡੇਟਸ ਨੂੰ ਤਾਂ ਇੱਕ ਵਾਰ ਫਿਰ ਆਏ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਵਿੱਚ ਦੋਸਤੋ ਗੱਲ ਕਰਾਂਗੇ ਫਾਇਰਮੈਨ ਭਰਤੀ ਬਾਰੇ। ਹਾਲ ਵਿੱਚ ਤੁਸੀਂ ਫਾਇਰਮੈਨ ਭਰਤੀ ਦਾ ਰਿਜ਼ਲਟ ਦੇਖਿਆ ਹੋਏਗਾ ਅਤੇ ਕੱਲ੍ਹ ਜਿਹੜੇ CM ਸਾਹਿਬ ਨੇ ਫਾਇਰਮੈਨ ਭਰਤੀ ਨੂੰ ਲੈ ਕੇ ਇੱਕ ਲੇਟੈਸਟ ਅਨਾਊਂਸਮੈਂਟ ਕਰੀ ਹੈ ਅਤੇ ਅਨਾਊਂਸਮੈਂਟ ਹੈ ਬਈ ਕੁੜੀਆਂ ਵਾਸਤੇ। ਪਿਛਲੀ ਜਿਹੜੀ ਆਪਣੀ ਫਾਇਰਮੈਨ ਭਰਤੀ ਸੀ ਉਸ ਦੇ ਵਿੱਚ ਕੁੜੀਆਂ ਦਾ ਜਿਹੜਾ ਫਿਜ਼ੀਕਲ ਸਟੈਂਡਰਡ ਸੀ ਬਿਲਕੁਲ ਮੁੰਡਿਆਂ ਦੇ ਇਕੁਅਲ ਹੀ ਰੱਖਿਆ ਗਿਆ ਸੀ। ਹਾਈਟ ਵੀ ਇਸ ਤੋਂ ਇਲਾਵਾ ਵੇਟ ਵਗੈਰਾ ਸਾਰਾ ਕੁਝ ਜਿਹੜਾ ਹੈ ਮੁੰਡਿਆਂ ਦੇ ਇਕੁਅਲ ਰੱਖਿਆ ਗਿਆ ਸੀ, ਜਿਸ ਦੇ ਚੱਲਦੇ ਜਿਹੜੇ ਕੁੜੀਆਂ ਦੇ ਫਿਜ਼ੀਕਲ ਟੈਸਟ ਹੋਏ ਸੀ ਉਸ ਦੇ ਵਿੱਚ ਕੁੜੀਆਂ ਜਿਹੜੀਆਂ ਕੁਆਲੀਫਾਈ ਨਹੀਂ ਕਰ ਪਾਈ। ਉਸ ਤੋਂ ਬਾਅਦ ਜਿਹੜੇ ਹੈ ਕੁੜੀਆਂ ਨੇ ਧਰਨੇ ਵਗੈਰਾ ਵੀ ਸਟਾਰਟ ਕੀਤੇ ਸੀ ਅਤੇ ਕੱਲ੍ਹ ਜਿਹੜੇ ਹੈ CM ਸਾਹਿਬ ਨਾਲ ਉਹਨਾਂ ਦੀ ਗੱਲਬਾਤ ਹੋਈ ਅਤੇ CM ਸਾਹਿਬ ਨੇ ਕੁਝ ਗੱਲਾਂ ਕਹੀ ਜਿਹੜਾ ਤੁਸੀਂ ਸੁਣ ਲਓ ਇੱਕ ਵਾਰ। ਮਿਲੀਆਂ ਮੈਨੂੰ ਇੱਥੇ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ, ਪਾਸ ਕਰ ਗਈਆਂ। ਜਦੋਂ ਉਹ ਜਿਹੜੀ ਐਕਸਰ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਿਹਨੂੰ ਕੀ ਕਹਿੰਦੇ ਆਪਾਂ, ਜਿਹੜਾ ਫਿਜ਼ੀਕਲ ਟੈਸਟ ਹੁੰਦਾ ਹੈ, ਤਾਂ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ, ਸਿੱਧੇ ਹੀ ਕਰਤਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਬ੍ਰਿਗੇਡ ਵਾਲਾ, ਜਿਹੜਾ ਵੀ ਜੇ ਕੋਈ ਅੱਗ ਲੱਗ ਗਈ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤਾਂ ਉਹਨੂੰ ਚੱਕ ਕੇ ਉਹ ਥੱਲੇ ਲਿਆ ਸਕਦਾ, 60 ਕਿਲੋ ਭਾਰ ਚੱਕ ਕੇ ਪੌੜੀਆਂ ਉੱਤਰ ਕੇ ਦਿਖਾਊਗਾ, ਰੂਲ ਚ ਪਾਤਾ। ਮੁੰਡਿਆਂ ਨੇ ਚੱਕ ਲਿਆ ਤੇ ਕੁੜੀਆਂ ਆ ਮੈਨੂੰ ਮਿਲੀਆਂ ਹੋਣੀਆਂ ਇੱਥੇ ਕਿੱਥੇ ਹੋਣਗੀਆਂ, ਹੈ ਉਹ ਖੜੀਆਂ ਨੇ। ਹਾਂ ਤੇ ਉਹ ਕਹਿੰਦੀਆਂ ਜੀ ਅਸੀਂ ਫਿਰ ਅਸੀਂ ਕਿਵੇਂ 60 ਕਿਲੋ ਚੱਕ ਸਕਦੀਆਂ। ਬਿਲਕੁਲ ਸਹੀ ਗੱਲ ਹੈ, ਰੂਲ ਬਣਾ ਤਾ ਕਹਿੰਦੇ ਜੀ 60 ਕਿਲੋ ਹੀ ਚੱਕਣਾ। ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ, ਬਸ ਕੋਈ 40 ਦਾ ਵੀ ਹੋ ਸਕਦਾ, ਕੋਈ ਬੱਚਾ ਵੀ ਹੋ ਸਕਦਾ ਉੱਥੇ, ਨਾ 60 ਕਿਲੋ ਰੂਲ ਬਣਾਤੇ ਯਾਰ। ਉਧਰੋਂ ਤਾਂ ਰੂਲਾਂ ਨੂੰ ਦੇਖਣ ਵਾਲੇ ਇਹੋ ਜਿਹੇ ਆਪਣੇ ਆ ਗਏ, ਉਹ ਸਨਾਵਰ ਚ ਪੜ੍ਹ ਕੇ ਕੋਈ ਦੂਨ ਚੋਂ ਪੜ੍ਹ ਕੇ ਪੰਜਾਬੀ ਆਉਂਦੀ ਨੀ, ਆਪਦੇ ਬਾਪੂ ਨੂੰ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ, ਉਹ ਰੂਲਾਂ ਨੂੰ ਫੋਲੋ ਖਾਂ ਠੀਕ ਹੈ ਜੀ 60 ਕਿਲੋ। ਹੁਣ ਅੱਜ ਹੀ ਮੈਂ ਜਾਊਂਗਾ, ਇਹੋ ਜਿਹੀਆਂ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ ਚ ਕਲਿੱਕ ਕਰ ਜਾਂਦੀਆਂ ਨੇ ਵੀ ਐਂ ਕਿਉਂ ਹੋ ਗਿਆ, ਵੀ ਕਿਹਨੇ ਬਣਾਏ ਰੂਲ, ਇਹ ਕਿਉਂ ਨੀ ਚੇਂਜ ਹੋ ਸਕਦੇ, ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਦਿਓ। ਕੁੜੀਆਂ ਕ੍ਰਿਕਟ ਖੇਡਦੀਆਂ, ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ, ਪਰਮਾਤਮਾ ਚਲੋ ਜੈਂਡਰ ਕੋਲੇਸ਼ਨ ਤਾਂ ਹੈਗੀ ਹੈ, ਮੁੰਡੇ ਕੁੜੀਆਂ ਨੌਕਰੀ ਚ ਨਹੀਂ ਕੋਈ ਉਹ ਕਰਨਾ ਚਾਹੀਦਾ, ਨੰਬਰਾਂ ਚ ਨਹੀਂ ਕੋਈ ਉਹ ਕਰਨਾ ਚਾਹੀਦਾ, ਹਮੇਸ਼ਾ ਫਸਟ ਹੀ ਆਉਂਦੀਆਂ ਨੇ, ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਨੂੰ ਬਰਾਬਰ ਕਿਵੇਂ ਕਰ ਦੋਗੇ ਤੁਸੀਂ, ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ। ਅੱਜ ਹੀ ਫਾਈਲ ਮੰਗਾਊਂਗਾ ਔਰ ਭੈਣੇ ਹਫਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ। ਤਾਂ ਦੋਸਤੋ CM ਸਾਹਿਬ ਦੀ ਤੁਸੀਂ ਗੱਲਬਾਤ ਸੁਣ ਲਈ ਹੋਏਗੀ। CM ਸਾਹਿਬ ਕਹਿ ਰਹੇ ਹੈ ਕਿ ਭਰਤੀ ਇਹ ਜਿਹੜੀ ਫਾਇਰਮੈਨ ਦੀ ਭਰਤੀ ਹੈ ਇਸਦੇ ਫਿਜ਼ੀਕਲ ਟੈਸਟ ਦੇ ਵਿੱਚ ਚੇਂਜ ਜਿਹੜੇ ਆ ਉਹ ਕੀਤੇ ਜਾਣਗੇ। ਬਾਕੀ ਤੁਹਾਡਾ ਇਸ ਦੇ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਉਦੋਂ ਤੱਕ ਦੇ ਲਈ ਰੱਬ ਰੱਖ।